मैं पंजाब च काफी मुकाबले जीते, 10 वारी पंजाब चैंपियन बनया। ते पहला स्टार्टिंग ते मैं 190 घंटे कबूतर डाए सके। पैसे लेना 7 करोड़, मैं तो ऐश करदा सारी जिंदगी, पर ना नहीं पुत बनना सीगा। ते उन्हां दा कबूतर 3:30 बजे ना छप्पड़ च डिग गया पानी वाले च। अच्छा। ते मेरा 7:30 बजे कबूतर उड़दा पिया। ओ कहिंदा उस्ताद जी तुहानूं मुबारकां बहुत बहुत। मैं क्या यार किद्दां मुबारकां? कहिंदा तुसीं वर्ल्ड चैंपियन बन गए, तुहाडे कबूतर ग्रीन अखां वाले। अपने मुख मंत्रियों को ते अपने प्रधानमंत्रियों को ते राष्ट्रपति वार्ड भी ले चुका वा, सारे वार्ड ले चुका। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਪੰਜਾਬ ਟੂਡੇ 24 ਦੇ ਨਾਲ ਤੇ ਮੈਂ ਹਾਂ ਰਾਜੂ ਗੁਪਤਾ। ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਪ੍ਰਸਿੱਧ ਖੇਡਾਂ, ਇੱਕ ਤਾਂ ਕਬੱਡੀ ਤੇ ਦੂਜੇ ਨੰਬਰ ਤੇ ਕਬੂਤਰਬਾਜ਼ੀ, ਜੋ ਪੂਰੇ ਦੁਨੀਆ ਦੇ ਵਿੱਚ ਵਰਲਡ ਫੇਮਸ ਹੈ, ਤਾਂ ਉਹਨਾਂ ਦੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਸਰਵਣ ਸਿੰਘ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ, ਜੋ ਕਿ ਪੂਰੇ ਵਿਸ਼ਵ ਦੇ ਵਿੱਚ ਆਪਣਾ ਨਾਂ ਚਮਕਾ ਕੇ ਆਏ ਨੇ, ਭਾਰਤ ਦਾ ਨਾਂ ਚਮਕਾ ਕੇ ਆਏ ਨੇ। ਤਾਂ ਤੁਸੀਂ ਪਹਿਲਾਂ ਤਸਵੀਰਾਂ ਜਿਹੜੀਆਂ ਨੇ ਉਹ ਕਬੂਤਰ ਦੀਆਂ ਦੇਖੋ, ਤਾਂ ਇੱਕ ਤਸਵੀਰ ਤੁਹਾਨੂੰ ਜਿਹੜੀ ਹੈ ਉਹ ਕਬੂਤਰਾਂ ਦੀ ਦਿਖਾ ਰਹੇ। ਤਾਂ ਸਰਵਣ ਸਿੰਘ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ। ਪਹਿਲਾਂ ਜੀ ਆਇਆਂ, ਤੁਹਾਡਾ ਸਵਾਗਤ ਆ ਵੀ ਸਾਡੇ ਇੰਟਰਵਿਊ ਕਰਨ ਆਇਆਂ, ਤੁਹਾਡਾ ਥੈਂਕ ਯੂ, ਧੰਨਵਾਦ। ਸਰ ਕਿਵੇਂ ਸ਼ੁਰੂ ਕੀਤਾ ਸੀ ਇਹ ਕਰੀਅਰ ਤੁਸੀਂ? ਇੱਕ ਤਾਂ ਕਿੱਦਾਂ ਤੁਸੀਂ ਸ਼ੁਰੂ ਕੀਤਾ ਇਹ ਕਬੂਤਰਬਾਜ਼ੀ ਦਾ ਸ਼ੌਂਕ, ਤੁਹਾਨੂੰ ਕਦੋਂ ਤੋਂ ਪਿਆ ਸ਼ੁਰੂਆਤ ਦੇ ਵਿੱਚ? ਬੇਟੇ ਬਚਪਨ 'ਚ ਸ਼ੌਂਕ ਪਿਆ ਇਹਦਾ, ਜਦੋਂ ਮੈਂ 12 ਕੁ ਸਾਲ ਦਾ ਸੀਗਾ, 13 ਸਾਲ ਦਾ, ਉਦੋਂ ਸ਼ੌਂਕ ਪੈ ਗਿਆ ਸੀਗਾ। ਉਦੋਂ ਹੀ ਮੇਰਾ ਜਨੂੰਨ ਬਣਨਾ ਸ਼ੁਰੂ ਹੋ ਗਿਆ। ਮੇਰਾ ਜਨੂੰਨ ਬਣਿਆ ਅਤੇ ਮੈਂ ਪਹਿਲਾਂ ਡਿਸਟ੍ਰਿਕਟ ਲੈਵਲ 'ਤੇ ਟੂਰਨਾਮੈਂਟ ਡਾਉਂਦਾ ਰਿਹਾ, ਫਿਰ ਉਹ ਤੋਂ ਬਾਅਦ ਡਿਸਟ੍ਰਿਕਟ 'ਤੇ ਜਿੱਤੇ ਮੈਂ ਕਾਫੀ, ਅਤੇ ਪੰਜਾਬ ਦੇ ਕਬੂਤਰ ਦੇ ਮੁਕਾਬਲੇ ਹੋਣੇ ਸ਼ੁਰੂ ਹੋ ਗਏ। ਮੈਂ ਪੰਜਾਬ 'ਚ ਕਾਫੀ ਮੁਕਾਬਲੇ ਜਿੱਤੇ, 10 ਵਾਰੀ ਪੰਜਾਬ ਚੈਂਪੀਅਨ ਬਣਿਆ। ਫਿਰ ਦੌਰ ਚੱਲਦਾ ਹੀ ਰਿਹਾ, ਜਿੱਦਾਂ ਮੁਕਾਬਲੇ ਜਿੱਦਾਂ ਜਿੱਦਾਂ ਆਉਂਦੇ ਰਹੇ, ਮੈਂ ਉਦੋਂ ਦੇ ਬੇਟੇ ਮੁਕਾਬਲੇ ਲੜਦਾ ਰਿਹਾ। ਫਿਰ ਉਸ ਤੋਂ ਬਾਅਦ ਪੰਜਾਬ ਤੋਂ ਬਾਅਦ ਤੁਹਾਨੂੰ ਪਤਾ ਇੰਡੀਆ ਆ ਜਾਂਦਾ ਵਾ, ਫਿਰ ਇੰਡੀਆ ਦੇ ਮੁਕਾਬਲੇ ਲੜਨ ਲੱਗ ਗਿਆ, ਜਿੱਦਾਂ ਆਜਮਗੜ੍ਹ ਹੁੰਦੇ ਆ, ਰਾਮਪੁਰ ਹੁੰਦੇ ਆ, ਬਰੇਲੀ ਹੁੰਦੇ ਆ, ਜੱਬਲਪੁਰ ਹੁੰਦੇ ਆ, ਅਤੇ ਮੈਂ ਉੱਧਰ ਐਂਟਰੀਆਂ ਕਰਾਉਣੀਆਂ ਸ਼ੁਰੂ ਕਰਤੀਆਂ, ਅਤੇ ਪਰਮਾਤਮਾ ਨੇ ਸਾਥ ਦਿੱਤਾ ਮੇਰਾ, ਅਤੇ ਉਹਦੇ ਵਿੱਚ ਮੈਂ ਕਾਫੀ ਕਬੂਤਰ ਉਡਾਨ ਦਿਖਾਈ। ਅਤੇ ਪਹਿਲਾਂ ਸਟਾਰਟਿੰਗ 'ਤੇ ਮੈਂ 190 ਘੰਟੇ ਕਬੂਤਰ ਉਡਾਏ ਸੀਗੇ। ਉਦੋਂ ਮੇਰੇ ਘਰ 5 ਪੀਰ ਤੋਂ ਸ਼ੋਕਾ ਭਾਂਡਿਆਂ ਵਾਲੇ ਆਏ ਸੀਗੇ ਜੱਜਿੰਗ ਕਰਨ, ਅਤੇ ਉਦੋਂ 190 ਘੰਟੇ ਕਬੂਤਰ ਉਡਾਏ ਸੀਗੇ, ਅਤੇ ਉਦੋਂ ਵੀ ਰਿਕਾਰਡ ਮੈਨੂੰ ਫਸਟ ਮਿਲਿਆ ਸੀ, ਸਰਦਾਰ ਦਲਵੀਰ ਸਿੰਘ ਸੰਧੂ ਨੇ ਦਿੱਤਾ ਸੀ ਮੈਨੂੰ ਫਸਟ ਪ੍ਰਾਈਜ਼। ਅਤੇ ਫਿਰ ਉਸ ਤੋਂ ਬਾਅਦ ਭਾਨੂ ਪ੍ਰਤਾਪ ਸਿੰਘ ਵੀ ਉੱਥੇ ਆਇਆ ਸੀ ਮੁੱਖ ਮੰਤਰੀ, ਉਹਦੇ ਇੱਥੋਂ ਮੈਂ ਅਵਾਰਡ ਲਿੱਤਾ ਸੀਗਾ ਪਹਿਲਾ ਕੱਪ। ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਹਰ ਸਾਲ ਮੁਕਾਬਲੇ ਵਧੀਆ ਬਹੁਤ ਹੁੰਦੇ ਰਹੇ, ਅਤੇ ਉਸ ਤੋਂ ਬਾਅਦ ਮੈਂ ਚਲੇ ਗਿਆ ਆਜਮਗੜ੍ਹ ਫਾਜ਼ਿਲ ਵਾਸੀ ਵੱਲ, ਫਾਜ਼ਿਲ ਵਾਸੀ ਟੂਰਨਾਮੈਂਟ ਕਰਾਉਂਦੇ ਆ, ਅਤੇ ਫਿਰ ਉਹਦੇ ਵਿੱਚ ਹਿੱਸਾ ਲੈਣ ਲੱਗ ਗਿਆ, ਅਤੇ ਉਹਦੇ ਵਿੱਚ ਵੀ ਬੇਟੇ ਮੈਂ ਕਾਫੀ ਨਾਂ ਕਰਾਇਆ ਫਾਜ਼ਿਲ ਵਾਸੀ ਵੱਲੋਂ, ਅਤੇ ਉਹਦੇ ਵਿੱਚ ਮੈਂ ਘੱਟੋ ਘੱਟ 5-6 ਵਾਰੀ ਇੰਡੀਆ ਦਾ ਕੱਪ ਲਗਾਤਾਰ ਜਿੱਤਿਆ ਉੱਥੋਂ। ਅਤੇ ਫਿਰ ਉਹ ਮੈਨੂੰ ਸ਼ੌਂਕ ਹੀ ਇੰਨਾ ਸੀਗਾ ਵੀ ਮੈਂ ਇਹਦੇ ਵਿੱਚ ਕੋਈ ਕਰਾਂ ਹੋਰ ਵੀ। ਫਿਰ ਉਹਨਾਂ ਨੇ ਦੱਸਿਆ ਮੇਰੇ ਉਸਤਾਦ ਗੁਰੂ ਜੀ ਨੇ, ਸਰਦਾਰ ਕਰਮ ਸਿੰਘ ਜੀ ਨੇ, ਕਹਿੰਦੇ ਸੁਪਰ ਇੰਡੀਆ ਵੀ ਹੁੰਦਾ ਸਰਵਣ। ਮੈਂ ਕਿਹਾ ਉਹ ਕਿੱਦਾਂ ਹੁੰਦਾ, ਉਹ ਵੀ ਮੈਨੂੰ ਦੱਸੋ, ਵੀ ਮੈਂ ਉਡਾਊਂਗਾ। ਉਹ ਕਹਿੰਦੇ ਸੁਪਰ ਇੰਡੀਆ ਹੁੰਦਾ ਵਾ, ਉਹ 'ਚ ਕਬੂਤਰ ਜ਼ਿਆਦਾ ਉੱਡਦੇ ਆ। ਮੈਂ ਕਿਹਾ ਫਿਰ ਕੀ ਹੋਇਆ? ਉਹ ਕਹਿੰਦੇ 101 ਉੱਡਣਾ, ਕਹਿੰਦਾ ਜਿਹੜੇ ਉਹਦੇ ਵਿੱਚ ਪਲੈਂਟੀਅਨ 3 ਪਰੇਰ ਹੋਣੇ ਆ, ਬਾਕੀ ਸਾਰੇ ਕਬੂਤਰਾਂ ਟਾਈਮ ਲੱਗਣਾ। ਮੈਂ ਕੋਈ ਗੱਲ ਨਹੀਂ, ਇਹ 'ਚ ਵੀ ਉਡਾਵਾਂਗੇ, ਅਤੇ ਮੈਂ ਉਹ 'ਚ ਉਡਾਏ, ਅਤੇ ਉਹ 'ਚ ਵੀ ਕਮਾਲ ਹੋ ਗਈ। ਜਦੋਂ 100 ਕਬੂਤਰ ਉੱਡਣ ਡਿਆ, ਇੱਥੇ ਛਾਂ ਪੈ ਗਈ, ਇੰਨਾ ਕਬੂਤਰ ਉੱਡਣ ਡਿਆ, ਅਤੇ ਸਾਰੇ ਕਬੂਤਰ ਖਿਡਾਰੀ ਦੇਖਣ ਸਰਵਣ ਨੇ ਇੰਨੇ ਕਬੂਤਰ ਉਡਾਏ ਹੋਏ ਆ। ਅਤੇ ਚਲੋ ਪਰਮਾਤਮਾ ਨੇ ਉਹ 'ਚ ਘੰਟੇ ਸੋਹਣੇ ਬਣਾਏ ਮੇਰੇ, ਅਤੇ ਮੇਰੇ ਉਦੋਂ ਬਣੇ ਸੀਗੇ 300+ ਘੰਟੇ, ਅਤੇ ਬਹੁਤ ਵਧੀਆ ਕਬੂਤਰ ਉੱਡੇ ਮੇਰੇ, 350 ਤੋਂ ਉੱਪਰ ਸੀ ਉਦੋਂ ਮੇਰੇ ਖਿਆਲ 'ਚ। ਫਿਰ ਉਸ ਤੋਂ ਬਾਅਦ ਇੰਡੀਆ ਦਾ ਵੀ ਟੂਰਨਾਮੈਂਟ ਸੀਗਾ, ਉਹ ਕਹਿੰਦੇ ਦੋਨਾਂ ਦਾ ਸੁਪਰ ਇੰਡੀਆ ਅਤੇ ਇੰਡੀਆ ਦਾ ਇਕੱਠਾ ਟੋਟਲ ਕਰਨਾ। ਮੈਂ ਕਿਹਾ ਉਹ ਕਿੱਦਾਂ? ਕਹਿੰਦੇ ਉਹ ਟੋਟਲ ਹੋ ਜੂਗਾ, ਅਤੇ ਟੋਟਲ ਕਰਨਗੇ ਇੰਡੀਆ ਦਾ ਵੀ, ਅਤੇ ਗਰਮੀਆਂ ਦਾ ਵੀ, ਸਰਦੀਆਂ ਦਾ ਵੀ। ਅਤੇ ਉਹਨਾਂ ਨੇ ਟੋਟਲ ਕੀਤਾ ਮੇਰਾ, ਮੈਂ ਇੰਡੀਆ 'ਚ ਜਿੱਤ ਚੁੱਕਾ ਸੀ ਪਹਿਲਾਂ ਹੀ, ਅਤੇ ਉਹਨਾਂ ਟੋਟਲ ਕੀਤਾ, ਉਹ ਮੇਰਾ 500+ ਘੰਟੇ ਬਣੇ।
तो मैनू वो सुपर स्टार का अवार्ड मिल गया, वो मैं आजमगढ़ दिता है सुपर स्टार का अवार्ड फाजिल वासी वालों। तो फिर उस तो बाद दौर चलता गया, दौर चलता गया, फिर मैं क्या उस्ताद जी ये मैं इंडिया भी जित लिया, सब कुछ जित लिया, तो हूँ मैं हाई लेवल तो भी चाहिए मेरे मुकाबले। वो कहिंदे सरवण एक ना वीर शो हों बहरलिया कंट्रियाँ अमेरिका कनेडा यूके सारी जगह दुनिया बहरलिया स्टेटें हों, पर उस कि हिस्सा लूँगा तू? मैं क्या हिस्सा लूँगा, क्यों नहीं लूँगा मैं? तो मेरे उत्ते रिश्केरदा बहुत बार यूके च ते कनेडा च, ते मैं वो शिगिरदा गल की, मैं क्या यार मैं तो नहीं आ सकता, मैं तो ठीक नहीं है इसलिए पैरलिस होया मैं। कहिंदा उस्ताद जी बेफिक्र हो जाओ, असी आवेंगे इंडिया तुहाडे कबूतर लैके जावेंगे। मैनू बड़ी खुशी भी मेरे शिगिरद कहिंदे असी आपां लैके जावेंगे तो आपां ही डावांगे, तो डावांगे नहीं कबूतर का ब्रीड शो हुंदा उधर बाहरली कंट्री च, वो टेबलों उत्ते कबूतर 800-900 लग जाता, तो उन्हां विच देखदे किहड़ी वधिया ब्रीड आ। तो मेरी ब्रीड तो पंजाब च पहले फेमस बहुत सी ग्रीन अखा वाले, तो ग्रीन अखा वाले कबूतर उत्थे मेरे गया, तो उत्थे चलिया ब्रीड शो, तो वधिया ने उत्थे मुकाबले जितते मेरे कबूतरां ने। तो कबूतर जिहड़े ग्रीन अखा वाले सीगे गोरे ना आपस च गल्लां करदे आ, कहिंदे यार पहली बारी देखे ग्रीन अखा वाले कबूतर जिहड़े आए हुए पंजाब तों, कि वह दस्या मेरे शिगिरदां ने भी सरवण सिंह आ पंजाब तों जिन्हें ग्रीन अखा वाली ब्रीड सारी बनाई हुई है, तो वह ब्रीड बनी मेरे को, तो उत्थे मेरे कबूतर ग्रीन अखा वाले वो प्रदर्शनी दे विच सानों वधिया दिखे, सोहणे दिखे, तो वह आपस गल्लां करदे पए गोरे, तो वह मेरे शिगर सोचते पे उन्होंने इंग्लिश उन्हों की हाई इंग्लिश होंगी है, अदरली भाषा मैं नहीं समझ सकता, वो मेरे शिगर तो समझते सके। उन्होंने कहें सरवण सिंह तू सिर्फ अद्धा घंटा ठहर जा, तो उस तो बाद तेरे नाल गल करते हैं। अच्छा मैं क्या अद्धा घंटा ठहर जा, कहिंदा जो उन्हें रिजल्ट आउट होगा तेन दसागे। तो अद्धे घंटे बाद फिर फोन आ गया मेरे शिगर का, तो मैं किदा की बनया? वो कहिंदा उस्ताद जी तुहानू मुबारक बहुत बहुत। मैं क्या यार किदा मुबारक? कहिंदा तुसी वर्ल्ड चैंपियन बन गए तुहाडे कबूतर ग्रीन अखा वाले। मैनू इन्नी खुशी हुई मैं तुहानू दस ही नहीं सकदा। तो जदों मैनू इंडिया दस्या गया, जिदा मेरे शिगिरद सारे इकट्ठे होए, जिदा साडे कबूतर खिडारी जिन्ने पंजाब दे आए मिलन मैनू बधाइयां देण, ते उस तो बाद मंत्रियों की लाइन लग जाती है, तो मंत्रियों ने मैनू वार्ड दिते, थां थां वार्ड दिते। मैं देखो मैं पंजाब तो लैके अपने मुख्यमंत्रियों को, तो अपने प्रधानमंत्रियों को, तो राष्ट्रपति वार्ड भी लै चुका वा, सारे वार्ड लै चुका। मैं देखो MLA तो MPां तो सारियां को वार्ड लै चुका वा, जिन्हें कांग्रेस च रहे, जिन्हें अकाली दल च रहे, चलो हुण आम पार्टी उन्हां दी नहीं मैं जाना, तो ना लिते हैं वार्ड। एक कहिंदे सुखबीर बादल होरां ने भी जिहड़े तुहाडे तों कबूतर ले ने, कबूतर बाजी का शौक उन्हां नूं बड़ा सीगा। हाँ हाँ सुखबीर बादल ने जिहड़े जिहड़े बादल साहब का परिवार आ उन्हां च खानदानी शौक आ, उन्हां दा खानदानी शौक आ बादल साहब के परिवार च, उन्हां दे चाचे ताए सारे मेरे नाल इकट्ठे मुकाबले डांदे सीगे। असीं जिद्दां मुकाबला होया सी लीरां पिंड, ते लीरां पिंड नहीं रोमीवाल पिंड, उत्थे ना अपने सुखबीर ते मोहन सिंह बादल आए, ते मैं क्या मैनू कहिंदे बेटे तू की कबूतर डाणे आ, तू शहरी आ। मैं क्या शहरियां ने बहुत तरक्कियां कीतियां, शहरां दीआं बंगां नहीं पालियां, तो तुहाडे अज कबूतर आने तो मेरे दिख लियो, अगले साल लियाऊंगा पर मैर की आया देख, तो अगले साल तुहाडे मुकाबले जाऊँगा। वो कहिंदा यार मुंडे का हौसला किन्ना वा, उहदे नाल हले गनमैन सीगे, मैं उदा गया सीगा, तो मैनू डर भी लगे थोड़ा जिहा, तो वह मैनू कहिंदे तू अगले साल आ तैन देखांगे। मैं जी अगले साल गया तैयारी करके, मैं कबूतर छड़े, उन्हां नूं भी छड़े, तो उन्हां दा कबूतर 3:30 बजे ना छप्पड़ च डिग गया पानी वाले च, तो मेरा 7:30 बजे कबूतर उड़दा पिया। तो मैं क्या हाँ जी हुण मोहन सिंह बादल जी सुखबीर जी किदा? कहिंदा यार मन गया तेनों, जिनी तेरी सिफत सुनी सी तू उन्नो चार रतियां वध। कहिंदा तू इन्ना वधिया कबूतर डाक दिखाता, कहिंदा कमाल हो गई। तो चलो मैनू उत्थे नहीं प्राइज मिलिया, फिर भी मेरा कबूतर सन लास्ट ते बैठा बहुत वधिया उड्डिया सी, ते उत्थे थोड़ी मेरी आपस च किसी कबूतर खिडारी नाल लगतबाजी सीगी, उन्हें मेरा कबूतर एंड ते कट दिता सीगा। फिर उस तो बाद मेरा दौर चल पाया मलवईया का कबूतरों का, मालवे च मुकाबले होंगे है, फिर मैं हर पिंड जाना, फिर लीरां पिंड गया, तारेवाल पिंड गया, आलमगीर गया, जिन्हें उधर सारे पिंड काफ़ी मैं ना भुल जाते हैं, काफ़ी पिंड मैं मुकाबले छड़े, तो मैं उदो जितने शुरू कर लै, जो मलवईया दौर च बढ़ गया मलवईया के मुकाबले जितने शुरू करते, तो हाई फ्लायर तो पहले ही मैं वो जित है, वो तो मेरे इन्ना गुण सगा मेरे हाथ से, तो वो तो मैं हारता ही नहीं, चैलेंज करके भी जितना है। फिर मेरी एक ना
ਤੁਹਾਨੂੰ ਮੈਂ ਦੱਸਿਆ ਕਿ ਮੇਰੀ ਸ਼ਰਤ ਲੱਗ ਗਈ ਚੈਲੰਜ ਕਰਕੇ ਉਹ ਕਿੱਦਾਂ ਮੈਂ ਕਿਸੇ ਫੰਕਸ਼ਨ ਤੇ ਗਿਆ ਉੱਥੇ ਨਾ ਇੱਕ ਬਜ਼ੁਰਗ ਆਏ ਸੀਗੇ ਸੋਹਣ ਹੁਸ਼ਿਆਰਪੁਰ ਤੋਂ ਉਹ ਕਹਿੰਦੇ ਸਰਵਣ ਸਿੰਘ ਤੈਨੂੰ ਅਸੀਂ ਤਾਂ ਮੰਨਾਂਗੇ ਸਾਨੂੰ ਜਿੱਤ ਕੇ ਦਿਖਾ ਉਹ ਮੈਂ ਕਿਹਾ ਹਾਲੇ ਤਾਂ ਆਹ ਥੋੜ੍ਹਾ ਟਾਈਮ ਹੀ ਹੋਇਆ ਉੱਤੇ ਫੰਕਸ਼ਨ 'ਤੇ ਹੀ ਖੜੇ ਹਾਂ ਤੁਹਾਨੂੰ ਮੇਰਾ ਸ਼ਗਿਰਦ ਜਿੱਤ ਕੇ ਬੈਠਾ ਵਾ ਤੁਸੀਂ ਤਾਂ ਬਾਹਰ ਹੋ ਗਏ ਆ ਮੇਰਾ ਸ਼ਗਿਰਦ ਫਸਟ ਆਇਆ ਵਾ ਗੋਲਡ ਮੈਡਲ ਲਿੱਤਾ ਤਾਂ ਤੁਸੀਂ ਤਾਂ ਬਾਹਰ ਹੋ ਗਏ ਇਸ ਟੂਰਨਾਮੈਂਟ 'ਚੋਂ ਕੋਈ ਸ਼ਰਮ ਕਰੋ ਕਹਿੰਦਾ ਨਹੀਂ ਆਪਾਂ ਨੂੰ ਮਜ਼ਾ ਤਰਨਾ ਹੀ ਆਉਣਾ ਉਡਾ ਕੇ ਡਾਇਰੈਕਟ ਤੂੰ ਸਾਨੂੰ ਜਿੱਤ ਕੇ ਦਿਖਾ ਲਓ ਜੀ ਮੈਂ ਉਹਨਾਂ ਮੁਕਾਬਲਾ ਕਰ ਲਿਆ ਘਰ ਬੁਲਾਇਆ ਲਿਖਤ ਪੜ੍ਹਤ ਕੀਤੀ ਪੰਜ ਸੱਤ ਦਸ ਬੰਦੇ ਕਬੂਤਰ ਖਿਡਾਰੀ ਤਗੜੇ ਬੁਲਾਏ ਉਹ ਲਿਖਤ ਪੜ੍ਹਤ ਹੋ ਗਈ ਮੇਰੀ ਅਤੇ ਉਹਨਾਂ ਮੁਕਾਬਲਾ ਹੋ ਗਿਆ ਮੇਰਾ ਅਤੇ ਮੁਕਾਬਲਾ ਸੀਗਾ ਦੋ ਮਹੀਨਿਆਂ ਬਾਅਦ ਹਲੇ ਅਤੇ ਉਹ ਜੱਜਾਂ ਕੀ ਗੱਲ ਹੋਈ ਕਹਿੰਦੇ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਗਾ ਉਦੋਂ ਨਾ ਮੇਰੇ ਕਬੂਤਰ ਬਿੱਲੀ ਸੌ ਡੇਢ ਸੌ ਇਕੱਠਾ ਮਾਰ ਗਈ ਅਤੇ ਮੇਰਾ ਮੁਕਾਬਲਾ ਸੀ ਸਿਰਫ ਦੋ ਹਫ਼ਤਿਆਂ ਬਾਅਦ ਅਤੇ ਮੈਂ ਇੰਨੀ ਟੈਨਸ਼ਨ 'ਚ ਪੈ ਗਿਆ ਵੀ ਮੇਰਾ ਮੁਕਾਬਲਾ ਮੈਂ ਜਿੱਤੂੰਗਾ ਵੀ ਮੈਂ ਸੋਚਿਆ ਵਿੱਚੋਂ ਨਾ ਜਿੱਦਾਂ ਪੰਜ ਛੇ ਬੱਚੇ ਬਚ ਗਏ ਉਹ ਬੱਚੇ ਨਾ ਬਾਲਿਆਂ ਦੀਆਂ ਛਾਤਾਂ ਦੇ ਵਿੱਚ ਆਲਣੇ ਹੁੰਦੇ ਆ ਉਹ 'ਚ ਵੜ ਗਏ ਉਹ ਕੁਦਰਤੀ ਬਚ ਗਏ ਉਹ ਬੱਚਿਆਂ ਨੂੰ ਮੈਂ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਅਤੇ ਬੱਚੇ ਉੱਡਣ ਲੱਗ ਗਏ ਅਤੇ ਮੈਨੂੰ ਸੋਹਣ ਦਾ ਫੋਨ ਆਇਆ ਲਾਸਟ ਹਫ਼ਤੇ ਅਤੇ ਕਹਿੰਦਾ ਸਰਵਣ ਬਾਜੀ ਉਡਾਊਂਗਾ ਤੇਰੇ ਬਿੱਲੀ ਮਾਰ ਗਈ ਹੈ ਮੈਂ ਕੋਈ ਗੱਲ ਨਹੀਂ ਸੋਹਣ ਲਾਲ ਜੀ ਮੇਰੇ ਕੋਲ ਛੇ ਬੱਚੇ ਆ ਬੱਚੇ ਉਹ ਛਿਆਂ ਨੇ ਤੁਹਾਨੂੰ ਜਿੱਤ ਕੇ ਦਿਖਾਊਂਗਾ ਉਹ ਕਹਿੰਦਾ ਯਾਰ ਬੰਦੇ 'ਚ ਹੰਕਾਰ ਕਿੰਨਾ ਵਾ ਆਪਾਂ ਅੰਦਰ ਚੱਲ ਕੇ ਗੱਲ ਕਰਦੇ ਹਾਂ ਕਿਉਂਕਿ ਅੰਦਰ ਕਬੂਤਰ ਬੜੇ ਆ ਆਓ ਅੰਦਰ ਆਪਾਂ ਅੰਦਰ ਅੰਦਰ ਗੱਲ ਕਰਦੇ ਹਾਂ ਹਾਂ ਗੱਲ ਕਹਿ ਰਹੇ ਸੀ ਤੁਸੀਂ ਜਿਹੜੀ ਹਾਂ ਸੋਹਣ ਹੁਸ਼ਿਆਰਪੁਰ ਵਾਲੇ ਨਾਲ ਜਦੋਂ ਮੈਨੂੰ ਕਹਿੰਦਾ ਤੇਰੇ 'ਚ ਇੰਨਾ ਹੰਕਾਰ ਆ ਤੂੰ ਕਿੱਦਾਂ ਜਿੱਤੂਗਾ ਮੈਂ ਕਿਹਾ ਤੈਨੂੰ ਮੈਂ ਜਿੱਤ ਕੇ ਦਿਖਾਊਂਗਾ ਸੋਹਣ ਜੀ ਇਹ ਮਿਹਨਤ ਮੇਰੀ ਫਲ ਲਿਆਉਂਗੀ ਲਓ ਜੀ ਮੇਰੇ ਛੇ ਬੱਚੇ ਉਹ ਪੰਜ ਬੱਚੇ ਉਹ ਉਡਾਨ ਸੀਗੇ ਉਦੋਂ ਪੰਜ ਕਬੂਤਰ ਉਡਾਉਂਦੇ ਇੱਕ ਛੇਵਾਂ ਪਲੇਅਰ ਸੀ ਵਲੰਟੀਅਰ ਅਤੇ ਪੰਜ ਬੱਚੇ ਮੈਂ ਉਡਾਏ ਉਹ ਐਸੀ ਪਰਮਾਤਮਾ ਦੀ ਕਿਰਪਾ ਹੋਈ ਉਹ ਕਬੂਤਰਾਂ ਨੂੰ ਬੱਚਿਆਂ ਨੂੰ ਚੰਗੀ ਟ੍ਰੇਨਿੰਗ ਦਿੱਤੀ ਚੰਗੀ ਖੁਰਾਕ ਖਵਾਈ ਬਦਾਮ ਖਵਾਏ ਜੋ ਖੁਰਾਕਾਂ ਮੇਰੀਆਂ ਹੁੰਦੀਆਂ ਵਾ ਉਹੀ ਦਿੱਤੀਆਂ ਉਹ ਬੱਚਾ ਜੀ ਪਹਿਲਾਂ ਮੇਰਾ 12:00 ਕੁਛ ਮਿੰਟ 'ਤੇ ਬੈਠਾ ਸੋਹਣ ਹੁਸ਼ਿਆਰਪੁਰ ਦੇ 10:30 ਸਾਰੇ ਕਬੂਤਰ ਬਹਿ ਗਏ ਅਤੇ ਮੇਰੇ ਕਬੂਤਰ ਲੈ ਪਹਿਲਾਂ ਹੀ ਜਿੱਤ ਕੇ ਉਹਨੂੰ ਸਾਰਿਆਂ ਨੂੰ ਬਹਿ ਗਿਆ ਸੋਹਣ ਨੂੰ ਹੁਸ਼ਿਆਰਪੁਰਾਂ ਨੂੰ ਉਹ ਕਹਿੰਦਾ ਯਾਰ ਕਮਾਲ ਹੋ ਗਈ ਸੋਹਣ ਹੁਸ਼ਿਆਰਪੁਰ ਦਾ ਸ਼ਿਗਿਰਦ ਆਇਆ ਸੀ ਆਲੀ ਮੁਹੱਲੇ ਤੋਂ ਅਤੇ ਉਸ ਬੰਦੇ ਨੇ ਮੇਰੇ ਦੇਖਿਆ ਸੀ ਕਹਿੰਦਾ ਵਾਕਈ ਸਰਵਣ ਦੇ ਕਬੂਤਰ ਬਹੁਤ ਵਧੀਆ ਉੱਡੇ ਆ ਵੀ ਵਾਕਈ ਸਰਵਣ ਦਾ ਸ਼ੌਂਕ ਆ ਅਤੇ ਮੈਂ ਉਦੋਂ ਜਿੱਤਿਆ ਸੋਹਣ ਨੂੰ ਹੁਸ਼ਿਆਰਪੁਰ ਵਾਲੇ ਨੂੰ ਫਿਰ ਉਸ ਤੋਂ ਬਾਅਦ ਇੰਨੇ ਮੁਕਾਬਲੇ ਹੋਏ ਅਤੇ ਪਹਿਲਾਂ ਵੀ ਹੋਏ ਇੱਕ ਸ਼ੋਕਾ ਭਾਂਡੇ ਵਾਲੇ ਆ ਪੰਜ ਪੀਰ ਚੌਂਕ ਉਹਨਾਂ ਨੇ ਮੇਰੇ ਪੰਜ ਮੁਕਾਬਲੇ ਸੀਗੇ ਅਤੇ ਮੈਂ ਚਾਰ ਮੈਂ ਜਿੱਤਿਆ ਸੀ ਇੱਕੋ ਮੁਕਾਬਲਾ ਹਾਰਿਆ ਸੀ ਮੈਂ ਚਾਰ ਮੁਕਾਬਲੇ ਮੈਂ ਜਿੱਤੇ ਸ਼ਾਮ ਨੂੰ ਕਬੂਤਰ ਬਿਠਾ ਕੇ ਅਤੇ ਰਿਕਾਰਡ ਬਣਾਇਆ ਸੀ ਉਹ 'ਚ ਵੀ ਅਤੇ ਉਸ ਤੋਂ ਬਾਅਦ ਤਾਂ ਮੇਰੇ ਬਹੁਤ ਮੁਕਾਬਲੇ ਹੋਏ ਇੱਕ ਭਾਰਕੋ ਕੈਂਪਾ ਨੱਥਾ ਉਹਦੇ ਨਾਲ ਵੀ ਚੈਲੰਜ ਕਰਕੇ ਹੋਇਆ ਸੀ ਉਹਨੇ ਵੀ ਜਿੱਤਿਆ ਇੱਕ ਕਹਿੰਦੇ ਨੇ ਕਿ ਜਦੋਂ ਤੁਹਾਡੀ ਇੰਟਰਨੈਸ਼ਨਲ ਜਦੋਂ ਤੁਸੀਂ ਜਿੱਤਿਆ ਸੀਗਾ ਜਦੋਂ ਵਰਲਡ ਚੈਂਪੀਅਨ ਬਣੇ ਸੀ ਉਦੋਂ ਤੁਹਾਡੇ ਕਬੂਤਰ ਜਿਹੜੇ ਹਰੇ ਅੰਖ ਵਾਲੇ ਉਹਨਾਂ ਦੀ 7 ਕਰੋੜ ਕੀਮਤ ਲੱਗੀ ਸੀਗੀ ਉਸ ਵਕਤ ਤੁਹਾਨੂੰ ਕੀ ਮਨ ਦੇ ਵਿੱਚ ਆਇਆ ਸੀਗਾ ਜਦੋਂ 7 ਕਰੋੜ ਕੀਮਤ ਲੱਗੀ ਕਿ ਲੋਕ ਕਹਿੰਦੇ ਕਿ 7 ਕਰੋੜ ਲੈ ਲਓ ਅਤੇ ਸਾਨੂੰ ਆਹ ਦੋ ਕਬੂਤਰ ਜਿਹੜੇ ਦੇ ਦਿਓ ਤਾਂ ਉਦੋਂ ਕੀ ਮਨ ਦੇ ਵਿੱਚ ਆਇਆ ਤੁਸੀਂ ਉਹਨਾਂ ਨੂੰ ਦਿੱਤੇ ਨਹੀਂ ਕਬੂਤਰ ਬੇਟੇ ਤੁਹਾਡੀ ਗੱਲ ਬਹੁਤ ਵਧੀਆ ਵਾ ਦੇਖੋ ਪੈਸਾ ਤਾਂ ਕੰਜਰਾਂ ਕੋਲ ਵੀ ਬਹੁਤ ਹੁੰਦਾ ਪੈਸਾ ਜ਼ਿੰਦਗੀ ਹੱਥਾਂ ਦੀ ਮੈਲ ਆ ਜੇ ਮੈਂ ਅੱਜ 7 ਕਰੋੜ ਲੈਂਦਾ ਤੁਹਾਡੇ ਵਰਗੇ ਚੈਨਲ ਵਾਲੇ ਮੇਰੇ ਮਗਰ ਆਉਂਦੇ ਆ ਹੁਣ ਇੰਟਰਵਿਊ ਕਰਦੇ ਪਏ ਤੁਸੀਂ ਮੇਰੀ ਨਹੀਂ ਤਾਂ ਸਾਰੇ ਚੈਨਲ ਜਿੰਨੇ ਮੈਂ ਇੰਟਰਨੈਸ਼ਨਲ ਚੈਨਲ ਆ ਸਾਰਿਆਂ ਦੇ ਇੰਟਰਵਿਊ ਆਈ ਹੈ ਮੇਰੀ ਉਦੋਂ ਸਾਰੇ ਮੈਂ ਪੇਪਰਾਂ 'ਚ ਆਇਆ ਜੇ ਮੈਂ ਗਰਦਾਰੀ ਦੇਸ਼ ਨਾਲ ਆਪਣੇ ਨਾਲ ਕਰਦਾ ਪੈਸੇ ਲੈਣਾ 7 ਕਰੋੜ ਮੈਂ ਤਾਂ ਐਸ਼ ਕਰਦਾ ਸਾਰੀ ਜ਼ਿੰਦਗੀ ਪਰ ਨਾ ਨਹੀਂ ਪੁੱਤ ਬੰਨਾ ਸੀਗਾ ਇਹ ਨਾ ਬਣਿਆ ਇਹ ਉਹਨਾਂ ਕੋਲ ਜੇ ਮੈਂ ਠੁਕਰਾਇਆ 7 ਕਰੋੜ ਅਤੇ ਅੱਜ ਮੇਰਾ ਨਾਂ ਬੋਲਦਾ ਪੂਰੇ ਵਰਲਡ 'ਚ ਅਤੇ ਲੋਕ ਮੈਨੂੰ ਜਾਣਦੇ ਆ ਸਰਵਣ ਸਿੰਘ ਜਲੰਧਰ ਵਾਲਾ ਜਿਹੜੇ ਗਰੀਨ ਅੱਖਾਂ ਦੇ ਕਬੂਤਰ ਉਹਦੇ ਕੋਈ ਆ ਹੋਰ ਕਿਸੇ ਕੋ ਨੂੰ ਅਤੇ ਇਹ ਨਾਮ ਬਣਦਾ ਬੇਟੇ ਇੱਦਾਂ ਇਹ ਪੈਸਾ ਤਾਂ ਜ਼ਿੰਦਗੀ 'ਚ ਆਉਣ ਜਾਣ ਬਣਿਆ ਹੀ ਆ ਜੀ ਇੱਕ ਤੁਸੀਂ ਗੱਲ ਕਹਿ ਰਹੇ ਸੀ ਉਸ ਦਿਨ ਕਿ ਕਬੂਤਰ ਜੇਕਰ ਕਿਸੇ ਕਬੂਤਰ ਦੀ ਮਾਂ ਮਰ ਜਾਵੇ ਤਾਂ ਉਸ ਕਬੂਤਰ ਨੂੰ ਕਿਵੇਂ ਤੁਸੀਂ ਜਿੰਦਾ ਰੱਖਦੇ ਹੋ ਉਹ ਤੁਸੀਂ ਸਪੈਸ਼ਲ ਇੱਕ ਤਕਨੀਕ ਜਿਹੜੀ ਹੈ ਤੁਹਾਡੀ ਉਹ ਕਿਵੇਂ ਤੁਸੀਂ ਜਿੰਦਾ ਰੱਖਦੇ ਹੋ ਉਹ ਜ਼ਰੂਰ ਤੁਸੀਂ ਦੱਸੋ ਬੇਟੇ ਮੈਂ ਦੱਸੂਗਾ ਤੁਹਾਨੂੰ ਜਿੱਦਾਂ ਕਬੂਤਰ ਦੇ ਮਾਂ ਪਿਓ ਮਰ ਜਾਂਦੇ ਬੱਚੇ ਦੇ ਪਲਦੇ ਦੇ ਹੁਣ ਬੱਚੇ ਛੋੜੇ ਨੂੰ ਮੈਂ ਕਿੱਦਾਂ ਪਾਲਣਾ ਉਹ ਤੁਹਾਨੂੰ ਦੱਸਦਾ ਵਾਂ ਮੈਂ ਛੋਟਾ ਬੱਚਾ ਚੱਕੇ ਤੁਹਾਨੂੰ ਦੱਸਣ ਲੱਗਾ ਵਾਂ ਤਾਂ ਸਰਵਣ ਸਿੰਘ ਹੋਰਾਂ ਨੇ ਜਦੋਂ ਕਿਸੇ ਕਬੂਤਰ ਦੀ ਮਾਂ ਮਰ ਜਾਂਦੀ ਹੈ ਤਾਂ ਉਸ ਕਬੂਤਰ ਨੂੰ ਕਿਵੇਂ ਜਿੰਦਾ ਰੱਖਣਾ ਹੈ ਕਿਵੇਂ ਪਾਲ ਕੇ ਰੱਖਣਾ ਹੈ ਉਹ ਤੁਸੀਂ ਜਿਹੜੀ ਤਸਵੀਰ ਹੈ ਉਹ ਆਹ ਦੇਖੋ ਬੱਚਾ ਵਾ ਇਹ ਬੱਚਾ ਅਸੀਂ ਉਹਨੂੰ ਪਾਲਣਾ ਕਿੱਦਾਂ ਪਾਲਣਾ ਇਹਨੂੰ ਅਸੀਂ ਮਰਨ ਨਹੀਂ ਦੇਣਾ ਜ਼ਿੰਦਗੀ 'ਚ ਕਿਉਂ ਵੀ ਇਹਨੂੰ ਅਸੀਂ ਆਪ ਪਾਲਣਾ ਹੁਣ ਆਹ ਦੇਖੋ ਬੱਚਾ ਵਾ ਮੈਂ ਮੂੰਹ ਦੇ ਵਿੱਚ ਦਾਣਾ ਗਾਲਣਾ ਭਿੱਜਿਆ ਹਰਾਤ ਦਾ ਦਾਣਾ ਮੂੰਹ 'ਚ ਪਾਲਣਾ ਬਾਜਰਾ ਪਾਲਣਾ ਅਤੇ ਪਾਣੀ ਨਾ ਭਰ ਲੈਣਾ ਮੂੰਹ
ਤੇ ਉਹ ਕਿੱਦਾਂ ਮੈਂ ਕਰਨਾ ਹੁਣ ਤੁਹਾਨੂੰ ਮੈਂ ਉਦਾਂ ਦਿਖਾਣ ਲੱਗਾ ਸਿਰੇ ਦੇ ਪੋਰ ਚ ਗੈਸ ਭਰੂੰਗੀ ਤੇ ਉਦਾਂ ਤੁਹਾਨੂੰ ਦੱਸਣਾ ਕਿੱਦਾਂ ਪਾ ਲਈਦਾ ਆ ਦੇਖੋ ਗੈਸ ਭਰ ਗਈ ਕਿੰਨੀ ਇਹ ਗੈਸ ਹੁਣ ਮੈਂ ਸਾਰੀ ਕੱਢ ਦਿੰਦੀ ਆ ਦੇਖੋ ਇਹ ਗੈਸ ਮੈਂ ਭਰੀ ਆ ਦਿਖਾਣ ਲਈ ਸਿਰਫ ਉਦਾਂ ਜੇ ਉਦਾਂ ਅਸੀਂ ਦਾਣਾ ਗਾਲ ਕੇ ਦੇਈਦਾ ਇਹ ਬੱਚਾ ਪਾ ਲਈਦਾ ਕਹਿੰਦੇ ਇਹਨਾਂ ਦੇ ਮਾਂ ਬਾਪ ਮੈਂ ਬਣ ਜਾਂਦਾ ਖੁਦ ਜੋ ਇਹ ਮਰਨ ਨਹੀਂ ਦੇਣੇ ਮੈਂ ਇਹ ਬਚਾਉਣੇ ਆ ਜੇ ਇਹਨਾਂ ਨਾਲ ਮੈਂ ਕਹਿੰਦੇ ਨਾ ਜੂਨ ਆ ਮੇਰਾ ਤਾਂਹੀਓ ਤੁਸੀਂ ਇੰਨਾ ਜਨੂਨ ਤੁਹਾਡਾ ਤਾਂਹੀਓ ਤੁਹਾਡੇ ਕਬੂਤਰਾਂ ਦੀ 7 ਕਰੋੜ ਹਰੇ ਅੱਖਾਂ ਵਾਲੇ ਦੀ ਕੀਮਤ ਲੱਗੀ ਹੈ ਕਿਉਂਕਿ ਤੁਹਾਡਾ ਜਨੂਨ ਬੜਾ ਹੈ ਇੱਕ ਮੈਨੂੰ ਇਹ ਦੱਸੋ ਕਿ ਤੁਸੀਂ ਡਾਈਟ ਕੀ ਦਿੰਦੇ ਹੋ ਇਹਨਾਂ ਕਬੂਤਰਾਂ ਨੂੰ ਅਤੇ ਇੱਕ ਸਪੈਸ਼ਲ ਬਰੀਡ ਤੁਹਾਡੀ ਗ੍ਰੀਨ ਅੱਖਾਂ ਵਾਲੀ ਕਿੱਦਾਂ ਮਤਲਬ ਤੁਸੀਂ ਸ਼ੁਰੂ ਕੀਤਾ ਇਹਨਾਂ ਗ੍ਰੀਨ ਅੱਖਾਂ ਵਾਲਿਆਂ ਨੂੰ ਗ੍ਰੀਨ ਅੱਖਾਂ ਵਾਲੇ ਬੇਟੇ ਦਿਮਾਗ ਆਪਣਾ ਲਾਉਣਾ ਪੈਂਦਾ ਹਰ ਚੀਜ਼ 'ਚ ਦਿਮਾਗ ਹੁੰਦਾ ਬੰਦੇ ਦਾ ਅਤੇ ਮੇਰੇ ਗੁਰੂ ਜੀ ਸੀਗੇ ਮੈਨੂੰ ਸ਼ਿਕਸ਼ਾ ਦਿੰਦੇ ਸੀਗੇ ਸਰਦਾਰ ਕਰਮ ਸਿੰਘ ਜੀ ਉਹਨਾਂ ਕੋਲ ਸ਼ਿਕਸ਼ਾ ਲਿੱਤੀ ਮੈਂ ਅਤੇ ਗ੍ਰੀਨ ਅੱਖਾਂ ਵਾਲੇ ਬਣਾਏ ਗ੍ਰੀਨ ਅੱਖਾਂ ਵਾਲੇ ਬਣਾ ਕੇ ਮੈਂ ਉਹ ਲੋਕ ਮੈਨੂੰ ਹਜ਼ਾਰਾਂ ਦੁਨੀਆ ਪਾਕਿਸਤਾਨ ਨੂੰ ਫੋਨ ਕਰਦੀ ਹੈ ਕਿੱਦਾਂ ਗ੍ਰੀਨ ਅੱਖਾਂ ਵਾਲੇ ਬਣਾਏ ਮੈਂ ਉਹਨਾਂ ਨੂੰ ਕਿਹਾ ਮੈਂ ਨੁਕਤਾ ਨਹੀਂ ਦੱਸ ਸਕਦਾ ਵੀ ਮੈਂ ਇੱਕੋ ਹੀ ਰਹੂੰਗਾ ਸਾਰੀ ਜ਼ਿੰਦਗੀ ਉਹ ਜਿੱਦਾਂ ਮੈਂ ਬੇਟੇ ਬਣਾਏ ਮੈਂ ਤੁਹਾਨੂੰ ਵੀ ਚੈਨਲ ਵਾਲਿਆਂ ਦੇ ਦੱਸ ਸਕਦਾ ਉਹ ਗ੍ਰੀਨ ਅੱਖਾਂ ਵਾਲੇ ਮੇਰੇ ਦਿਮਾਗ ਨਾਲ ਬਣੇ ਆ ਜਿੱਦਾਂ ਬਣੇ ਆ ਅਤੇ ਚਲੋ ਪਰਮਾਤਮਾ ਨੇ ਮੇਰੇ ਕੋਲ ਦਿੱਤੀ ਹੈ ਦਿਮਾਗ 'ਚ ਹੁਨਰ ਅਤੇ ਮੈਂ ਬਣਾਏ ਆ ਅਤੇ ਹੁਣ ਮੇਰੇ ਕੋਲ ਘੱਟੋ ਘੱਟ 250 ਆ ਗ੍ਰੀਨ ਅੱਖਾਂ ਵਾਲਾ ਸਾਰਾ ਪਰਿਵਾਰ ਆ ਅਤੇ ਮੈਂ ਉਡਾਉਂਦਾ ਵਾਂ ਇਹਨੂੰ ਮੁਕਾਬਲੇ ਜਦੋਂ ਮੁਕਾਬਲੇ ਹੁੰਦੇ ਉਹ ਮੁਕਾਬਲੇ ਤਿਆਰ ਕਰਦਾ ਜਦੋਂ ਬਰੀਡ ਸ਼ੋਅ ਹੁੰਦੇ ਆ ਜਿੱਥੇ ਵੀ ਬਰੀਡ ਸ਼ੋਅ ਹੁੰਦਾ ਉੱਥੇ ਮੈਂ ਇਹਨਾਂ ਹਿੱਸਾ ਲੈਂਦਾ ਆਪਾਂ ਉਸੇ ਕਮਰੇ ਵਿੱਚ ਜਾਂਦੇ ਹਾਂ ਦੂਸਰਾ ਕਮਰਾ ਜਿਹੜਾ ਉਹ ਕਿੰਨਾ ਕਬੂਤਰਾਂ ਦਾ ਇਹ ਦੂਸਰਾ ਕਮਰਾ ਜਿਹੜਾ ਉਹ ਮਲਵਈ ਕਬੂਤਰ ਆਈ ਸਾਰੇ ਤਾਂ ਇਹ ਮਲਵਈ ਕਬੂਤਰਾਂ ਦਾ ਦੂਸਰਾ ਕਮਰਾ ਹੈ ਅਤੇ ਉਸ ਕਮਰੇ ਦੇ ਵਿੱਚ ਜਾ ਕੇ ਉੱਥੇ ਦੀ ਵੀ ਤਸਵੀਰ ਤੁਹਾਨੂੰ ਦਿਖਾਵਾਂਗੇ ਤਾਂ ਤੁਸੀਂ ਇਹ ਮਲਵਈ ਕਬੂਤਰ ਜਿਹੜੇ ਨੇ ਉਹ ਸਾਰੇ ਮਲਵਈ ਕਬੂਤਰਾਂ ਦੀ ਤਸਵੀਰ ਦੇਖ ਰਹੇ ਹੋਵੋਗੇ ਚਿੱਟੇ ਸਾਰੇ ਕਬੂਤਰ ਨੇ ਤਾਂ ਇਹ ਮਲਵਈ ਕਬੂਤਰ ਨੇ ਇਹਨਾਂ ਦੀ ਖਾਸੀਅਤ ਕੀ ਹੈਗੀ ਆ ਇਹਨਾਂ ਦੇ ਵਿੱਚ ਕੀ ਖਾਸੀਅਤ ਹੈ ਅਤੇ ਕਿੰਨੇ ਕੁ ਜਿਹੜਾ ਹੈ ਇਹ ਮੈਚ ਜਿੱਤ ਚੁੱਕੇ ਨੇ ਉਸ ਤੋਂ ਬਾਅਦ ਤੁਸੀਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਦਾ ਦੌਰ ਚੱਲ ਰਿਹਾ ਇੱਕ ਤਾਂ ਹੁਣ ਸੀਜ਼ਨ ਹੈ ਕਬੂਤਰਾਂ ਦਾ ਬਿਲਕੁਲ ਬੇਟੇ ਅੱਜ ਕੱਲ੍ਹ ਨਾ ਜਿਹੜਾ ਕਬੂਤਰਾਂ ਦਾ ਸੀਜ਼ਨ ਚੱਲਦਾ ਪਿਆ ਵਾ ਤੁਸੀਂ ਵਧੀਆ ਟਾਈਮ 'ਤੇ ਆਏ ਹਾਂ ਮਈ ਦੇ ਮਹੀਨੇ ਸਾਡੇ ਮੁਕਾਬਲੇ ਚੱਲਦੇ ਪਏ ਬਹੁਤ ਮੁਕਾਬਲੇ ਹੋ ਰਹੇ ਆ ਇਸ ਵੇਲੇ ਕਾਫੀ ਮੁਕਾਬਲੇ ਅਸੀਂ ਛਾਏ ਪਏ ਹਾਂ ਹਰ ਜਗ੍ਹਾ ਮੇਰੇ ਸ਼ੇਰ ਦੇ ਮੁਕਾਬਲੇ ਜਿੱਦੇ ਵੀ ਪਏ ਆ ਹੁਣ ਦੇਖੋ ਪੰਜਾਬ 'ਚੋਂ ਮੁਕਾਬਲੇ ਸ਼ੁਰੂ ਹੋਏ ਆ ਅਤੇ ਕੱਲ੍ਹ ਮੈਨੂੰ ਉਦਾਂ ਮੈਂ ਜਦੋਂ ਦਾ ਮੈਨੂੰ ਅਟੈਕ ਹੋਇਆ ਵਾ ਉਦੋਂ ਦੇ ਮੁਕਾਬਲੇ ਨਹੀਂ ਲੜ ਰਿਹਾ ਅਤੇ ਕਿਉਂ ਵੀ ਉਦੋਂ ਦਾ ਮੇਰੇ ਕੋਲ ਨਹੀਂ ਹਿੰਮਤ ਇੰਨੀ ਹੈਗੀ ਫਿਰ ਵੀ ਮੈਂ ਜਾਣਾ ਹੈ ਦੇਖਣ ਆਪਣੇ ਸ਼ੇਰਦਾਂ ਦੇ ਕਬੂਤਰ ਮੁਕਾਬਲੇ ਹੁਣ ਕੱਲ੍ਹ ਮੇਰੇ ਅੰਮ੍ਰਿਤਸਰ ਰਣਜੀਤ ਸਿੰਘ ਫੌਜੀ ਨੇ ਹਾਈ ਫਲੈਰ ਦੇਸੀ ਕਬੂਤਰਾਂ ਦਾ ਮੁਕਾਬਲਾ ਜਿੱਤਿਆ ਅਤੇ ਫਿਰ ਉਸ ਤੋਂ ਬਾਅਦ ਮੇਰਾ ਸੋਨੂ ਪੁਲਿਸ ਵਾਲਾ ਵਾ ਬਸਤੀ ਸ਼ੇਖ ਉਹ ਪਿਛਲੇ ਸੰਡੇ ਸ਼ਹਿਰ ਦਾ ਮਸ਼ਹੂਰ ਖਿਡਾਰੀ ਵਾਦਪੁਰੇ ਰਿੰਕੂ ਉਹਨੂੰ ਹਰਾਇਆ ਅਤੇ ਫਿਰ ਉਸ ਤੋਂ ਬਾਅਦ ਕਾਫੀ ਮੁਕਾਬਲੇ ਜਿੱਤ ਰਿਹਾ ਅਤੇ ਪੰਜਾਬ ਚੈਂਪੀਅਨ ਵੀ ਬਣਿਆ ਸੋਨੂ ਪੁਲਿਸ ਵਾਲਾ ਅਤੇ ਉਸ ਤੋਂ ਬਾਅਦ ਹੁਣ ਗੁਰਦਾਸਪੁਰ ਚਲੇ ਗਏ ਬਟਾਲੇ ਅਤੇ ਮੇਰਾ ਉੱਥੇ ਵੀ ਸ਼ੇਰ ਦਾ ਉਹ ਵੀ ਕਾਫੀ ਬਾਜ਼ੀਆਂ ਜਿੱਦਾਂ ਪਿਆ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਗੋਰੀ ਅਤੇ ਗੋਰੀ ਨੇ ਕਬੂਤਰ ਬਹੁਤ ਵਧੀਆ ਡਾਇਰ ਕੀ ਕਮਾਲ ਕੀਤੀ ਫਿਰ ਉਸ ਤੋਂ ਬਾਅਦ ਜਿੱਦਾਂ ਗਾਂਹ ਗਾਂਹ ਵਧੀ ਜਾਈਏ ਆਪਾਂ ਚਲੋ ਕਲਕੱਤੇ ਬੰਗਾਲ 'ਚ ਅਤੇ ਉੱਥੇ ਮੇਰੇ ਸ਼ਾਗਿਰਦਾਂ ਦੇ ਕਮਾਲ ਹੀ ਕਰ ਦਿੱਤੀ ਮੈਂ ਦੱਸ ਨਹੀਂ ਸਕਦਾ ਕਲਕੱਤੇ ਬੰਗਾਲ 'ਚ ਵੀ ਤੁਹਾਡੇ ਸ਼ਾਗਿਰਦ ਨੇ ਮੇਰੇ ਕਲਕੱਤੇ ਬੰਗਾਲ ਮਹਾਰਾਸ਼ਟਰ 'ਚ ਮੇਰੇ ਬਹੁਤ ਸ਼ਾਗਿਰਦ ਆ ਅਤੇ ਉੱਥੇ ਮੁਕਾਬਲਾ ਹੋਇਆ ਆਲ ਇੰਡੀਆ ਦਾ ਅਤੇ ਉੱਥੇ ਦੇ ਜਿੰਨੇ ਟੂਰਨਾਮੈਂਟ ਆ ਬੰਗਾਲ ਦੇ ਅਤੇ ਕਲਕੱਤੇ ਦੇ ਅਤੇ ਉਹਨਾਂ ਨੇ ਸਾਰਿਆਂ 'ਚ ਫਸਟ ਪ੍ਰਾਈਜ਼ ਜਿੱਤੇ ਮੈਂ ਤੁਹਾਨੂੰ ਦੱਸਾਂ ਫਿਰ ਉਸ ਤੋਂ ਬਾਅਦ ਪਿਛਲੇ ਸੰਡੇ ਆਲ ਇੰਡੀਆ ਟੂਰਨਾਮੈਂਟ ਹੋਇਆ ਅਤੇ ਮੇਰੇ ਸ਼ਾਗਿਰਦ ਨੇ ਹਿੱਸਾ ਲਿੱਤਾ ਉੱਥੇ ਤਿੰਨਾਂ ਨੇ ਅਤੇ ਉਹਦੇ ਵਿੱਚ ਵੀ ਮੇਰੇ ਸ਼ਾਗਿਰਦ ਨੇ ਆਲ ਇੰਡੀਆ ਟੂਰਨਾਮੈਂਟ 'ਚ ਰਣਜੀਤ ਰਾਏ ਅਤੇ ਅੰਜਮ ਮਿਸਤਰੀ ਹੈ ਇੰਨਾ ਵਧੀਆ ਰਿਕਾਰਡ ਬਣਾਇਆ ਬੇੜੇ 335 ਘੰਟੇ ਕਬੂਤਰ ਡਾ ਕੇ ਰਿਕਾਰਡ ਨਵਾਂ ਦਿੱਤਾ ਮੈਨੂੰ ਅਤੇ ਉਹ ਸੈਕਿੰਡ ਆਇਆ ਸਿਰਫ 2 ਘੰਟੇ ਪਿੱਛੇ ਬੀਟ ਹੋ ਗਿਆ ਨਹੀਂ ਤਾਂ ਫਸਟ ਆ ਜਾਣਾ ਸੀਗਾ ਮੈਂ ਅੰਜਮ ਮਿਸਤਰੀ ਨੂੰ ਮੁਬਾਰਕਾਂ ਦਿੰਦਾ ਤੁਹਾਡੇ ਚੈਨਲ ਥਰੂ ਵੀ ਅੰਜਮ ਮਿਸਤਰੀ ਦੇ ਰਣਜੀਤ ਰਾਏ ਨੇ ਕਬੂਤਰ ਡਾਏ ਰਣਜੀਤ ਰਾਏ ਦਾ 5ਵਾਂ ਨੰਬਰ ਆਇਆ ਅਤੇ ਉਹਨੂੰ ਵੀ ਮੁਬਾਰਕਾਂ ਬਹੁਤ ਉਲਾਸ ਮੰਡਲ ਨੂੰ ਕਲਕੱਤੇ ਜਿਹੜਾ ਉਹਨਾਂ ਦਾ ਵੱਡਾ ਗੁਰ ਭਾਈ ਆ ਉਹਨਾਂ ਦੀ ਸਹਾਇਤਾ ਕਰਦਾ ਉਹਨੂੰ ਤਾਂ ਬਹੁਤੀਆਂ ਬਹੁਤੀਆਂ ਮੇਰੇ ਨੂੰ ਮੁਬਾਰਕਾਂ ਇੱਕ ਤੁਸੀਂ ਗੱਲ ਕਰ ਰਹੇ ਸੀ ਆਪਾਂ ਬਰੀਡ ਦੀ ਤੁਸੀਂ ਕੀ ਬਰੀਡ ਕੀ ਦਿੰਦੇ ਹੋ ਇਹਨਾਂ ਸਾਰੇ ਕਬੂਤਰਾਂ ਨੂੰ ਕੀ ਖਵਾਉਂਦੇ ਹੋ ਤੁਸੀਂ ਅਤੇ ਇੱਕ ਅੱਜ ਕੱਲ੍ਹ ਨਸ਼ਿਆਂ ਦਾ ਦੌਰ ਬੜਾ ਚੱਲ ਰਿਹਾ ਨਸ਼ੇ ਜਿਹੜੇ ਖਵਾ ਕੇ ਕਬੂਤਰਬਾਜ਼ੀ ਕੀਤੀ ਜਾਂਦੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਬੇਟੇ ਕਬੂਤਰ ਨੂੰ ਨਸ਼ਾ ਦੇ ਕੇ ਨਹੀਂ ਅਸੀਂ ਡਾਈਦਾ ਤੁਸੀਂ ਪਹਿਲੀ ਗੱਲ ਦਾ ਨਸ਼ਾ ਦੇ ਕੇ ਕਬੂਤਰ ਦਾ ਬਕਾਰ ਹੋ ਜਾਂਦਾ
देखो एबल 50 भी लगती है, किन्नियां गोलियां लगदियां मैं नाम नहीं लै सकदा, जिन्नियां नशे वालियां वह गोली दे के डाण दे कबूतर नूं, वह कबूतर जां तां हार्ट फेल हो जाता तो जां उह बाहर जाके पानी के उत्ते छप्पड़ डिग जाता, बाहरलियां जगह पर डिग जाता, वह कबूतर मर जाता। कबूतर ये जानवर आ, ये जानवर ने मूँह नहीं बोलना मैनू आ ना चीज़ दो, इहनू जो धक्क देना तुसीं दे ही देना वा। तो पर मैं देसी नुकतियां दे कबूतर डाना, जिन्ने कबूतर मैं मुकाबले देसी कबूतर नाल जितते आ ते हाई मलवइया ने जितते हैं, जिन्ने मुकाबले मैं जित रहा वा तो बहुत वधिया जितना पिया। मैं ओरिजिनल चीज़ा दिना, ओरिजिनल चीज़ा च कहिंदे डाइट पहला वधिया पाओ, जिदा सरों छोले तोरी तारा मीरा गुल्ली डंडा उन्हूं कोले लल्लूआ, तो उहदे विच जिन्नी खुराक वधिया देवांगे तो वधिया वह वधिया कबूतर डाणगे। तो जिदा खुराक दे विच जिदा चलदा कबूतर, जे अच्छी तुसीं सेवा करदे आ, अच्छी डाइट दिंदे आ, कबूतर तुहाडे कदी भी नहीं हरणगे। देसी नुकते वरतो, देसी नुकतियां दा मैं मार पहलां ही बहुत हाँ, तो मेरे को गुण इन्ना हैगा, तो मेरे शिगिरद इन्ने पैन डे आ। हुण भी मेरा यूपी तो शिगिरद पै गया, इंडिया टूरनामेंट उन्होंने भी डाता जाते ही, वो कहिंदा उस्ताद दा आशीर्वाद जी दा वधिया उड्डे कबूतर, उहदे चलो एर की नहीं जितया, अगले साल जितूंगा। पहला साल सीगा जदों शिगिरद पै के जाते आ, दो तीन साल लगते आ भी उन्होंने ट्रेनिंग देनी पैंदी आ, जदों ट्रेनिंग दे दांगे उह शिगिरद भी कामयाब हो जाता। तो हुण वेखो कलकत्ते बंगाल च मेरे शिगिरद पै गया, दो दो तीन तीन साल हो गए, एक नूं पांच साल हो गए, वह सारे ही जिन्हें मेरे शिगिरद आ, मेरे गां पोते शिगिरद आ, वह भी जितण डए आ। मैं हाँ एक गल दस्सिओ किन्ने क तुहाडे, क्योंकि तुसीं विश्व पद्धर ते जिहड़ा कबूतरबाजी जीती है, तो किन्ने क शिगिरद तुहाडे जिहड़े ने विश्व भर दे विच? बेटे मेरे शिगिरद सारे विश्व दे विच बहुत आ, देखो पाकिस्तान यूके कनेडा ते जिन्नियां इधरलियां स्टेटां वा, आजमगढ़ जबलपुर बरेली रामपुर सारिया स्टेटा मेरे शिगिरद आ, जिथे भी कबूतर डांदे पंजाब तो बहुत ही मेरे शिगिरद आ। तो कबूतर उड़दे आ, वधिया मुकाबले जितते आ, तो सानू खुशी हुंदी जो शिगिरद फोन करदा उस्ताद जी अज फस्ट प्राइज जित गए हैं, अज सैकंड प्राइज जित गए हैं, मैनू इन्नी खुशी हुंदी मैं दस ही नहीं सकदा भी इन्नी लोग मैनू मान दिंदे आ। तो मेरा इस वेले बेटे शिगिरद 800 तो उपर ही आ, 800 थले नहीं शिगिरद। लंबू कहंदे लंबू, एक कबूतर फैंसी है इनू, देखो यदा भी मैं आप जो पोड़ है ना ये मैं हवा के नाल भर देना, वो वधिया लगता सोहना लगता। तो हुण देखो मैं पोड़ भरन लगा यदा भी, आ जो पोड़ भर गया आ सारी गैस निकल जानी डब्बे, आ गैस बाहर आ गई। इनू कहिंदे आ एक हवा भर के इन दस्सिया मैं तुहानू, उदां असी दाणा भी देईदा गाल के देईदा इनू। हाँ फुला के पंजे भी जिहड़े अलग टाइप दे ने, बड़े वधिया कबूतर है। ਤਾਂ ਹੋਰ ਕਿਹੜੇ ਕਿਹੜੇ ਕਬੂਤਰ ਦੀ ਵੈਰਾਈਟੀ ਤੁਸੀਂ ਰੱਖੀ ਹੋਈ ਆ? ਕਹਿੰਦੇ ਨੇ ਕਿ ਤੁਹਾਡੇ ਕਬੂਤਰ ਜਿਹੜੇ ਨੇ ਉਹ ਫਿਲਮਾਂ ਦੇ ਵਿੱਚ ਵੀ ਗਏ ਨੇ। ਹਾਂਜੀ ਹਾਂਜੀ ਮੇਰੇ ਲੱਕੇ ਕਬੂਤਰ ਆ, ਕਾਫੀ ਫਿਲਮਾਂ 'ਚ ਗਿਆ ਕਰਾਂ, ਅਤੇ ਲੱਕੇ ਕਬੂਤਰਾਂ ਨੇ ਕਾਫੀ ਕੰਮ ਕੀਤਾ ਫਿਲਮਾਂ ਦੇ ਵਿੱਚ, ਜਿੱਦਾਂ ਹਿੰਦੀ ਫਿਲਮ ਸੀਗੀ ਉਹ 'ਚ ਵੀ, ਅਤੇ ਜਿੱਦਾਂ ਪੰਜਾਬੀ ਫਿਲਮਾਂ ਉਹਦੇ ਵਿੱਚ ਵੀ ਕੰਮ ਕੀਤਾ। ਇਹ ਲੱਕੇ ਕਬੂਤਰ ਆ ਮੇਰੇ ਫੇਮਸ, ਅਤੇ ਤੁਹਾਨੂੰ ਮੈਂ ਹੱਥ 'ਤੇ ਬਿਠਾ ਕੇ ਦਿਖਾਉਂਦਾ ਵਾਂ। ਹੋਰ ਲੱਕੇ ਕਾਲੇ ਵੀ ਦਿਖਾਉਂਦਾ ਤੁਹਾਨੂੰ ਮੈਂ। ਅੱਜ ਕੱਲ੍ਹ ਦੌਰ ਕਿਹਨਾਂ ਕਬੂਤਰਾਂ ਦਾ ਚੱਲ ਰਿਹਾ, ਕਿਉਂਕਿ ਹੁਣ ਆਪਣੇ ਕਬੂਤਰਬਾਜ਼ੀ ਦਾ ਦੌਰ ਚੱਲ ਰਿਹਾ ਹੈਗਾ, ਟੂਰਨਾਮੈਂਟ ਹੋ ਰਹੇ ਨੇ ਲਗਾਤਾਰ ਕਬੂਤਰਬਾਜ਼ੀ ਦੇ, ਅਤੇ ਕਿੰਨੇ ਕਬੂਤਰ ਕਿਹੜੇ ਕਬੂਤਰਾਂ ਦਾ ਜਿਹੜਾ ਇਹ ਦੌਰ ਇਸ ਵਕਤ ਚੱਲ ਰਿਹਾ? ਇਹਨਾਂ ਦੇ ਜੀ ਅੱਜ ਕੱਲ੍ਹ ਮਲਵਈਆਂ ਦਾ ਸ਼ੌਂਕ ਆ, ਤੁਹਾਨੂੰ ਮੈਂ ਦਿਖਾਉਂਦਾ ਵਾਂ ਛੋਟੇ ਛੋਟੇ ਬੱਚੇ ਹੱਥ 'ਤੇ ਬਿਠਾ ਕੇ, ਅਤੇ ਉਹਨਾਂ ਦਾ ਵੀ ਸ਼ੌਟ ਦਿੰਦਾ ਤੁਹਾਨੂੰ ਮੈਂ। ਉਹ ਮਲਵਈ ਬੱਚੇ ਆ, ਇਹ ਸਾਰੇ ਮਲਵਈ ਆ ਕਬੂਤਰ ਜਿੰਨੇ ਆ ਬੈਠੇ ਹੋਏ ਆ, ਇਹ ਮਲਵਈ ਕਬੂਤਰ ਆ ਇਹਨਾਂ ਨੂੰ ਕਹਿੰਦੇ ਮਾਲਵੇ ਦੇ।
मालवे के कबूतर ने मलवई मलवई बच्चे जिहड़े ने तुसीं आ देख रहे होंगे इन्हां दा अजकल दौर चल रहा है। ये मलवई बच्चे आ असी लाई दे मलवई बच्चे जिदा इशारियां दे लगदे आ इन छोटे बच्चे असं छोटे ट्रेनिंग देनी है जिदा तुसीं आ शर्ट पाई हुई है भरा जी ते इहदे उत्ते दो दिन तीन दिन मोढ़िआं ते बाणा इन्हें जदों तुसीं शर्ट पानी है फिर बहना नहीं तो उड़ते रहना। अच्छा लो जो मर्जी करी जाओ घुंघट घुड़काने छतरी उपर थले करनी है तो फिर बहना इन्हें। अच्छा। जेड़ा कपड़ा छतरी लाया जाता नीला लाल तो आ जड़े बच्चे मेरे मशहूर आ मेन ये सारे मलवई बच्चे है ये मलवई बच्चे है मालवे के इन्हां तुहाडा मैं एक शॉट दिना तुहानू भी ये मलवई कबूतर आ काफ़ी बच्चे उड़ते हैं ये असं छोटे छोटे बचपन च लाने इशारे से। अच्छा मतलब शुरुआत तो जो बच्चे होंगे ने उदो इशारे से जोड़ा है इन्हों लाना पैंदा है जी। तो होर भी काफ़ी चीज़ा तुसी मतलब जिमें कि एक तो कबूतरबाजी के जो किसी ने शिगिर्द बनना हों वा वो किमें बनाने या किमें सारा कुछ होंगे बेड़े च गुरु धारना करनी पैंती जरूर तो जे गुरु धारूंगे तो मुकाबलिया आ सकते हैं नहीं तो आप मुकाबलिया नहीं आ सकते तो ये गुरु धारणा करनी होंगी है शिकिर की मर्जी है भी अपने एक रुपये का भी उस्ताद धारिया जाता तो लखा रुपये का भी धारिया जाता तो कोई शिकिरद होंगे अपना कहें वधिया करते जिदा मोटरसाइकिल नाम देंगे अपने गुरु तो ना लख रुपया देंगे तो पर मैं चीज़ को गलत समझना इदा नहीं गरीब मार करनी चाहिए शिकिरद सिर्फ 1100 रुपये च ही पै जाता वा बहुत वधिया पैंदा ते अपने उस्ताद नूं आके पगड़ी दिंदा एक कपड़े दा सूट दिंदा पेंट कमीज दिंदा ते मिठाई दा डब्बा दिंदा ते हार नोटां दा पांदा 1100 दा पांदा 500 दा पांदा ते सानूं खुशी हुंदी है उह पा के जांदा ते उह अपने गुर भाइयां नूं भावें 100 देंदे 200 देंदे उहदी मर्जी आ मैं मेरा उस्ताद आ उहनूं भी मान दऊंगा ते मैनूं भी मान दऊंगा ते उह गुरु धारना इदां हुंदी है बेटे। बहुत बहुत धन्यवाद। तां इह सन सरवण सिंह जिन्हां नाल गलबात कीती है तां उन्हां दा कहना है कि भावें कबूतर जिहड़े इन्हां दे इंटरनेशनल लैवल ते जित्ते होए ने उन्हां दी कीमत 7 करोड़ रुपए लगी सी असी उन्हां नूं नहीं बेचना क्योंकि वह एक देश दे नाल गद्दारी करन वाली जिहड़ी है वह गल हो जाएगी। तो इन्हां ने 7 करोड़ लगन दे बाद भी कबूतरां दी कीमत अपने कबूतरां नूं जिहड़ा है वह नहीं बेचिया। होर भी वीडियो देखने दे लई पंजाब टुडे 24 नूं जरूर फॉलो कर लो। कैमरा परसन संदीप दे नाल राजू गुप्ता पंजाब टुडे 24 जलंधर।